ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ ਦੋਸਤੋ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਬੀਬੀਆਂ ਨਾਲ ਝਗੜੇ ਪੇਚੋਂ ਪੀ ਆਰਟੀਸੀ ਡਰਾਈਵਰ ਨੇ ਸਵਾਰੀਆਂ ਨਾਲ ਭੜੀਬੱਸ ਠਾਣੇ ਲਿਆਂਦੀ ਪੀ ਆਰਟੀਸੀ ਦੀਆਂ ਬੱਸਾਂ ਵਿੱਚ ਔਰਤਾਂ ਲਈ ਆਧਾਰ ਕੜਾਡ ਵਿਖਾ ਕੇ ਮੁਫਤ ਸਫ਼ਰ ਦੀ ਸਹੂਲਤ ਮਹਿਲਾਵਾਂ ਚ ਬੱਸ ਸਟਾਫ ਦਰਮਿਆਨ ਨਿਤ ਰੋਜ਼ ਝਗੜਿਆਂ ਦਾ ਕਾਰਨ ਬਣ ਰਹੀ ਹੈ ਮੁਫਤ ਸਫ਼ਰ ਦੇ ਲਾਲਚ ਵਿੱਚ ਕਈ ਬੀਬੀਆਂ ਸਰਕਾਰੀ ਬਸਾਂ ਵਿੱਚ ਚੜਨ ਵੇਲੇ ਆਪਣੀ ਜਾਨ ਨੂੰ ਜੋਖਮ ਵਿੱਚ ਪਾਉਣ ਤੋਂ ਗੁਰੇਜ਼ ਨਹੀਂ ਕਰਦੀਆਂ ਅੱਜ ਮਲੇਰਕੋਟਲਾਲੇ ਲੁਧਿਆਣਾ ਬਾਈਪਾਸ ਤੇ ਵਾਪਰੇ ਅਜੇ ਹੀ ਮਾਮਲੇ ਦੌਰਾਨ ਪੀਆਰਟੀਸੀ ਦੇ ਡਰਾਈਵਰ ਅਤੇ ਕੰਡਕਟਰ ਦੇ ਨਾਲ ਇੱਕ ਬੀਬੀ ਦੇ ਹੋਏ ਝਗੜੇ ਤੇ ਜਿੱਥੇ バス ਸਵਾਰ 5 ਦਰਜਨ ਤੋਂ ਵੱਧ ਸਵਾਰੀਆਂ ਨੂੰ 2 ਘੰਟੇ ਸੂਲੀ ਤੇ ਟੰਗੀ ਰੱਖਿਆ ਇਸ ਸਬੰਧਤ ਬੀਬੀ ਨੇ バス ਦਾ ਸਮਾਂ ਖਰਾਬ ਕਰਨ ਲਈ ਪਹਿਲਾ 3000 ਰੁਪਏ ਜੁਰਮਾਨੇ ਦੇ ਸਮੇਤ バス ਡਰਾਈਵਰ ਕੰਡਕਟਰ ਕੋਲੋਂ ਮਾਫੀ ਮੰਗ ਕੇ ਖੇੜਾ ਛੁਡਵਾਇਆ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਸੰਗਰੂਰ ਤੋਂ ਲੁਧਿਆਣਾ ਜਾਣ ਵਾਲੀ ਪੀ ਆਰਟੀਸੀ ਲੁਧਿਆਣਾ ਦੀਪੂ ਦੀ バス ਸ਼ਾਮੀ 5 ਵਜੇ ਮਲੇਰ ਕੋੜਲਾ バス ਅੱਡੇ ਤੋਂ ਰਵਾਨਾ ਹੋਈ ਤੇ ਅਰਸ਼ਦੀਪ ਕੰਡਕਟਰ ਨੇ ਦੱਸਿਆ ਕਿ ਡਰਾਈਵਰ ਜਗਤਾਰ ਸਿੰਘ ਨੇ ਮਲੇਰ ਕੋੜਲਾ ਵਾਲੇ ਲੁਧਿਆਣਾ ਬਾਈਪਾਸ ਤੇ ਪਹਿਲਾਂ ਤੋਂ ਕੋਈ ਪ੍ਰਾਈਵੇਟ ਕੰਪਨੀ ਦੀ バス ਤੋਂ ਅੱਗੇ ਲੰਘ ਕੇ バス ਰੋਕਣ ਦੇ ਇਰਾਦੇ ਨਾਲ ਜਿਉਂ ਹੀ ਪ੍ਰਾਈਵੇਟ バス ਨੂੰ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ ਲੁਧਿਆਣਾ ਜਾਣ ਵਾਲੀ ਇੱਕ ਮਹਿਲਾ ਚੱਲਦੀ バス ਦੀ ਪਿਛਲੀ ਤਾਕੀ ਚ ਉੱੜ ਗਈ ਜਦੋਂ ਕਿ ਦੂਜੀ ਬੀਬੀ ਅਗਲੀ ਤਾਕੀ ਰਾਹੀ ਪਹਿਲਾਂ ਚੜ ਚੁੱਕੀ ਸੀ ਇਸ ਤੋਂ ਦਰਮਿਆਨ ਬਹਿਸ ਹੋ ਗਈ ਅਜਿਹਾ ਦਰਮਿਆਨ ਆਉਣ ਵਾਲੀ ਕਿਸੇ ਵੀ ਅਣਹੋਣੀ ਦੇ ਖਾਤਸ਼ੇ ਨਾਲ ਉਸ ਨੂੰ ਅਜੇ ਹਾਕ ਕਰਨ ਤੋਂ ਵਰਜ ਦਿੱਤਾ ਡਰਾਈਵਰ ਦੀ ਨਸੀਹਤ ਸੁਣ ਕੇ ਤੈਸ਼ ਦੇ ਵਿੱਚ ਆਈ ਮੈਲਾ ਪਿਛਲੀ ਤਾਕੀ ਚੋਂ ਸਵਾਰੀਆਂ ਦੇ ਵਿੱਚੋਂ ਤੇਜ਼ੀ ਨਾਲ ਡਰਾਈਵਰ ਦੇ ਕੋਲ ਪਹੁੰਚੀ ਗਾਲੀ ਗਲੋਚ ਕਰਦਿਆਂ ਨੌਕਰੀ ਤੋਂ ਛੁੱਟੀ ਕਰਵਾ ਦੇਣ ਦੀਆਂ ਧਮਕੀਆਂ ਦੇਣ ਲੱਗੀ ਕੰਡਕਟਰ ਦੇ ਅਨੁਸਾਰ ਬੀਬੀ ਨੇ ਗੁੱਸੇ ਚੂਸੀ ਕਿ ਉਸ ਨੇ ਹੱਥਾ ਪਾਈ ਉੱਤੇ ਉਤਰਾਈ ਅਗਲੀ ਅਪਡੇਟ ਆ ਜੀ ਨਸ਼ਿਆਂ ਦੇ ਖਿਲਾਫ ਵੱਡੀ ਮੁਹਿੰਮ ਨੂੰ ਲੱਗਾ ਵੱਡਾ ਝਟਕਾ PHG 24 ਖਾਲੀ ਕਮਰਾ ਜਿੱਥੇ ਪਈਆਂ ਖਾਲੀ ਸਰਿੰਜਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੰਜਾਬ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਡੀਜੀਪੀ ਪੰਜਾਬ ਦੇ ਹੁਕਮਾਂ ਤੇ ਕਾਰਵਾਈ ਕਰਦੇ ਆਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਨੇ ਬਾਅਦ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਨੇ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਸਵਾਲ ਖੜੇ ਕਰ ਦਿੱਤੇ ਨੇ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਮਹਿਮ ਨੂੰ ਵੱਡਾ ਝਟਕਾ ਲੱਗਾ ਫਗਵਾੜਾ ਦੇ ਸਿਵਲ ਹਸਪਤਾਲ ਤੇ ਪ੍ਰਾਈਵੇਟ ਨਸ਼ਾ ਛਡਾਊ ਕੇਂਦਰ ਦੇ ਵਿੱਚ ਵਰਤੀਆਂ ਗਈਆਂ ਸਿਰਿੰਜਾਂ ਦੇਖੀਆਂ ਗਈਆਂ ਨੇ ਸਵਾਲ ਉੱਠਦਾ ਵਰਤੀਆਂ ਗਈਆਂ ਸੈਂਕੜੇ ਸਿਰਿੰਜਾਂ ਆਖਰ ਆਈਆਂ ਕਿੱਥੋਂ ਜਦੋਂ ਕਿ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਮੈਡੀਕਲ ਸਟੋਰਾਂ ਮਾਲਕਾਂ ਨੂੰ ਸਖਤ ਹੁਕਮ ਹੰਦ ਕਿ ਕਿਸੇ ਵੀ ਮਰੀਜ਼ ਨੂੰ ਡਾਕਟਰ ਦੀ ਪਰਜੀਤੋਂ ਬਿਨਾਂ ਸਰਿੰਜਾਂ ਨਾ ਦਿੱਤੀਆਂ ਜਾਣ ਫਿਰ ਇਹ ਆਈਆਂ ਕਿਥੋਂ ਕਿਉਂਕਿ ਉਪਲਬਧ ਸਰਿੰਜਾਂ ਦੀ ਗਿਣਤੀ ਇੱਕ ਦਿਨ ਵਿੱਚ ਇਸ ਤਰ੍ਹਾਂ ਨਹੀਂ ਜਾਪਦੀ ਲੰਬੇ ਸਮੇਂ ਤੋਂ ਵਰਤੀਆਂ ਜਾ ਰਹੀਆਂ ਹਨ 21 ਸਾਲ ਦੀ ਉਮਰ ਤੋਂ 3 ਨੂੰ ਮਿਲਣਗੇ 71 ਲੱਖ ਰੁਪਏ ਹਰ ਪਿਤਾ ਨੂੰ ਲੈਣਾ ਚਾਹੀਦਾ ਹੈ ਇਸ ਸਕੀਮ ਦਾ ਲਾਭ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਬੇਟੀ ਹੈ ਤਾਂ ਉਸ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੋ ਤਾਂ ਬਸ ਤੁਸੀਂ ਹੁਣ ਬੇਫਿਕਰ ਹੋ ਜਾਓ ਕਿਉਂਕਿ ਸਰਕਾਰ ਨੇ ਤੁਹਾਡੀ ਬੇਟੀ ਦੇ ਸੁਰੱਖਿਅਤ ਭਵਿੱਖ ਲਈ ਅਜਿਹੀ ਸਕੀਮ ਲੈ ਕੇ ਆਂਦੀ ਹੈ ਜਿਸ ਦੇ ਤਹਿਤ ਤੁਹਾਨੂੰ ਭਵਿੱਖ ਲਈ ਕਿਸੇ ਵੀ ਤਰ੍ਹਾਂ ਦੀ ਚਿੰਤਾ ਨਹੀਂ ਕਰਨੀ ਪਵੇਗੀ ਦਰ ਅਸਲ ਸੁਕਿੰਨਿਆ ਸਮ੍ਰਿਧੀ ਯੋਜਨਾ ਭਾਰਤ ਸਰਕਾਰ ਦੁਆਰਾ ਧੀਆਂ ਦੇ ਭਵਿੱਖ ਨੂੰ ਸੁਰੱਖਿਤ ਕਰਨ ਲਈ ਸ਼ੁਰੂ ਕੀਤੀ ਗਈ ਇੱਕ ਬਚਤ ਯੋਜਨਾ ਹੈ ਸਕੀਮ ਦਾ ਉਦੇਸ਼ ਕੰਨਿਆ ਦੀ ਪੜ੍ਹਾਈ ਅਤੇ ਵਿਆਹ ਦੇ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਨਾ ਇਸ ਦੇ ਵਿੱਚ ਮੁੱਖ ਵਿਸ਼ੇਸ਼ਤਾਵਾਂ ਨੇ ਦੇਸ਼ ਦਾ ਨਾਗਰਿਕ ਆਪਣੀ 10 ਸਾਲ ਜਾਂ ਇਸ ਤੋਂ ਘੱਟ ਉਮਰ ਦੀ ਤੀ ਲਈ ਇਸ ਯੋਜਨਾ ਚ ਨਿਵੇਸ਼ ਕਰ ਸਕਦਾ ਸੋ ਕੰਨਿਆ ਸਮਰiddhi ਯੋਜਨਾ ਦਾ ਤੋ ਕੋਈ ਵੀ ਵਿਅਕਤੀ 1.5 ਲੱਖ ਰੁਪਏ ਸਾਲਾਨਾ ਤੱਕ ਜਮ੍ਹਾਂ ਕਰਵਾ ਸਕਦਾ ਹੈ ਇਸ ਸਕੀਮ ਤਹਿਤ ਸਿਰਫ ਬੱਚਿਆਂ ਦੇ ਨਾਂ ਤੇ ਹੀ ਖਾਤਾ ਖੋਲ੍ਹਿਆ ਜਾ ਸਕਦਾ ਤੇ ਖਾਤਾ ਖੋਲ੍ਹਣ ਤੋਂ ਪਹਿਲਾਂ ਉਸ ਦੀ ਉਮਰ 10 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਇਹ ਖਾਤਾ ਇੱਕ ਪਰਿਵਾਰ ਦੀਆਂ ਦੋ ਲੜਕੀਆਂ ਦੇ ਨਾਂ ਤੇ ਹੀ ਖੋਲ੍ਹਿਆ ਜਾ ਸਕਦਾ। ਤੀਜੇ ਖਾਤੇ ਲਈ ਇਜਾਜ਼ਤ ਸਿਰਫ ਜੁੜਵਾ ਜਾਂ ਤਿੰਨ ਬੱਚਿਆਂ ਦੇ ਮਾਮਲਿਆਂ ਵਿੱਚ ਹੈ। ਵਿਆਜ ਦਰ ਸਰਕਾਰ ਦੁਆਰਾ ਤੈਅ ਕੀਤੀ ਗਈ ਵਿਆਜ ਦਰ ਇਸ ਸਕੀਮ ਤੇ ਲਾਗੂ ਹੁੰਦੀ ਆ ਹਰ ਤਮਾਈ ਸੋਧਿਆ ਜਾਂਦਾ ਇਹ 7.6 ਤੇ ਸਮੇਂ-ਸਮੇਂ ਤੇ ਬਦਲਦੀ ਰਹਿੰਦੀ ਹੈ। ਅਗਲੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਦੀ ਹੁਸ਼ਿਆਰਪੁਰ ਤੋਂ ਖਬਰ ਹੈ ਜਿੱਥੇ ਜੈਨਜੋ ਹਾਦਸੇ ਚੋਂ ਮਰਤਕ ਪਰਿਵਾਰਾਂ ਲਈ 4-4 ਲੱਖ ਰੁਪਏ ਦੀ ਰਾਹਤ ਰਕਮ ਦਾ ਐਲਾਨ ਆ ਪੀੜਤਾਂ ਨੂੰ ਬਚਾਉਣ ਦੇ ਉਪਰਾਲੇ ਕਰਨ ਵਾਲੇ ਨੌਜਵਾਨਾਂ ਨੂੰ 15 ਅਗਸਤ ਨੂੰ ਸਨਮਾਨਿਤ ਕੀਤਾ ਜਾਵੇਗਾ ਹੁਸ਼ਿਆਰਪੁਰ ਦੇ ਜੇ ਜੋ ਚੋ ਵਿੱਚ ਇਨੋਵਾ ਕਾਰ 12 ਜਣਿਆਂ ਨਾਲ ਵਾਪਰੇ ਹਾਦਸੇ 'ਚੋਂ ਸਵੇਦਨਾ ਪ੍ਰਗਟ ਕਰਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਰਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਰਾਤ ਦੇਣ ਦਾ ਐਲਾਨ ਕੀਤਾ ਗਿਆ ਪਾਣੀ ਦੇ ਤੇਜ਼ ਵਹਾਅ ਚ ਰੂੜੇ 12 ਜਨਾਂ ਵਿੱਚੋਂ ਇੱਕ ਦੀ ਅਜੇ ਤੱਕ ਠੀਕ ਹੋਣ ਦੀ ਪੁਸ਼ਟੀ ਹੋਈ ਹੈ 9 ਦੀ ਮੌਤ ਆ 2 ਹਾਲੇ ਲੱਭੇ ਨਹੀਂ ਹੜ੍ਹ ਦੇ ਕਾਰਨ ਵਾਪਰੇ ਦਿਲ ਦਹਿਲਾਉਣ ਵਾਲੇ ਹਾਦਸੇ ਤੇ ਦੁੱਖ ਪ੍ਰਗਟਾਉਂਦਿਆਂ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਸ਼ਰਮਾ ਜਿੰਪਾ ਨੇ ਕਿਹਾ ਕਿ ਬਹੁਤ ਦੁੱਖਦਾਈ ਘਟਨਾ ਇਸ ਨੂੰ ਪ੍ਰਮਾਤਮਾ ਦਾ ਪ੍ਰਕੋਪ ਹੀ ਕਿਹਾ ਜਾ ਸਕਦਾ ਹੈ ਰੋਕਣ ਦੇ ਬਾਵਜੂਦ ਡਰਾਈਵਰ ਨੇ ਕਹਿਣਾ ਨਹੀਂ ਮੰਨਿਆ ਤੇ ਆਪਣੇ ਨਾਲ 11 ਹੋਰ ਜ਼ਿੰਦਗੀਆਂ ਨੂੰ ਖਤਰੇ ਵਿੱਚ ਪਾਇਆ ਤੇ ਹਾਲਾਤ ਬਹੁਤ ਖਰਾਬ ਹਨ ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਨਾਲ ਸਵੇਦਨਾ ਪ੍ਰਗਟ ਕੀਤੀ ਹੈ ਹਰ ਮ੍ਰਿਤਕ ਦੇ ਪਰਿਵਾਰ ਨੂੰ 4-4 ਲੱਖ ਰੁਪਏ ਦੀ ਮਦਦ ਦੇਣ ਦੇ ਹੁਕਮ ਦਿੱਤੇ ਨੇ ਪੁਲਿਸ ਨੇ ਹੋਟਲ ਦੇ ਵਿੱਚ ਛਾਪੇਮਾਰੀ ਕਰਕੇ ਦਰਜਣ ਦੇ ਕਰੀਬ ਮੁੰਡੇ ਕੁੜੀਆਂ ਕੀਤੇ ਕਾਬੂ ਅਮਰਤ ਸਰ ਸ਼ਹਿਰ ਦੇ ਵਿੱਚ ਦੇ ਵਪਾਰ ਨੂੰ ਰੋਕਣ ਲਈ ਹੋਟਲਾਂ 'ਚ ਹੋ ਕੀਤੀ ਜਾ ਰਹੀ ਛਾਪੇਮਾਰੀ ਤਹਿਤ ਬੱਸ ਅੱਡੇ ਦੇ ਨੇੜੇ ਇੱਕ ਹੋਟਲ 'ਚ ਛਾਪੇਮਾਰੀ ਕਰਕੇ ਪੁਲਿਸ ਵੱਲੋਂ ਦਰਜਣ ਦੇ ਕਰੀਬ ਮੁੰਡੇ ਕੁੜੀਆਂ ਕਾਬੂ ਕਰ ਲਏ ਗਏ ਹਾਲਾਂਕਿ ਪੁਲਿਸ ਨੇ ਇਹ ਪੁਸ਼ਟੀ ਨਹੀਂ ਕੀਤੀ ਇਹਨਾਂ ਚੁਕੰਨੇ ਬਾਲਗ ਕਿੰਨੇ ਨਾਬਾਲਗ ਹਨ ਪਰ ਬਾਅਦ ਵਿੱਚ ਇਹ ਵੀ ਪਤਾ ਲੱਗਾ ਕਿ ਪੁਲਿਸ ਵੱਲੋਂ ਪੁੱਛਗਿੱਛ ਉਪਰੰਤ ਹੋਟਲ ਦੇ ਮਾਲਕ ਵਨੋਦ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਆ ਤੇ ਲੜਕੇ ਲੜਕੀਆਂ ਨੂੰ ਰਿਹਾ ਕਰ ਦਿੱਤਾ ਹੈ 9 ਵਜੇ ਤੋਂ ਬਾਅਦ ਨਹੀਂ ਜਾ ਸਕਦੇ ਬਾਹਰ ਪਾਣ ਖਾਣ ਤੋਂ ਮਨਾਹੀ ਪੰਜਾਬ ਦੇ ਇਸ ਪਿੰਡ ਵਿੱਚ ਪ੍ਰਵਾਸੀਆਂ ਲਈ ਜਾਰੀ ਹੋਇਆ ਤੁਗਲਕੀ ਫਰਮਾਨ ਉੱਤਰ ਪ੍ਰਦੇਸ਼ ਬਿਹਾਰ ਅਤੇ ਹੋਰ ਰਾਜਾਂ ਦੇ ਆਏ ਪ੍ਰਵਾਸੀ ਪੰਜਾਬ ਮਜ਼ਦੂਰਾਂ ਨੂੰ ਪੰਜਾਬ ਦੇ ਪਿੰਡਾਂ ਵਿੱਚ ਰਹਿਣ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਬਾਹਰਲੇ ਸੂਬਿਆਂ ਤੋਂ ਆਏ ਮਜ਼ਦੂਰਾਂ ਲਈ ਪਿੰਡਾਂ ਦੇ ਵਿੱਚ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ ਮੋਹਾਲੀ ਜ਼ਿਲ੍ਹੇ ਦੇ ਪਿੰਡ ਕੁਰਾਲੀ ਦੇ ਵਿੱਚ ਪ੍ਰਵਾਸੀਆਂ ਦੇ ਦਾਖਲੇ ਤੇ ਪਾਬੰਦੀ ਲਾਉਣ ਤੋਂ ਬਾਅਦ ਹੁਣ ਖਰੜ ਮੋਹਾਲੀ ਦੇ ਪਿੰਡ ਜੰਡਪੁਰ ਦੇ ਵਿੱਚ ਰਾਤ 9 ਵਜੇ ਤੋਂ ਬਾਅਦ ਪ੍ਰਵਾਸੀਆਂ ਦੇ ਪਿੰਡ ਦੇ ਵਿੱਚ ਘੁੰਮਣ ਦਾ ਨਾ ਘੁੰਮਣ ਦਾ ਜਿਹੜਾ ਪੰਪ ਘੁੰਮਣ ਤੇ ਪਾਬੰਦੀ ਲਾਉਣ ਦਾ ਬੋਰਡ ਲਾ ਦਿੱਤਾ ਮੋਹਾਲੀ ਜ਼ਿਲ੍ਹੇ ਦੇ ਪਿੰਡ ਖਰੜ ਵਿੱਚ 2000 ਲੋਕ ਰਹਿੰਦੇ ਨੇ ਜਿਨ੍ਹਾਂ ਚੋਂ 500 ਪ੍ਰਵਾਸੀ ਨੇ ਪਿੰਡ ਵਾਸੀਆਂ ਦਾ ਕਹਿਣਾ ਕਿ यूपी बिहार ਤੋਂ ਆਏ ਮਜ਼ਦੂਰਾਂ ਨੂੰ ਪਿੰਡ ਦੇ ਵਿੱਚ ਰਹਿਣ ਲਈ ਕੁਝ ਹਦਾਇਤਾਂ ਦੀ ਪਾਲਣਾ ਕਰਨੀ ਪਵੇਗੀ। ਅਗਲੀ ਅਪਡੇਟ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਗੜ ਸ਼ੰਕਰ ਦੇ ਨੇੜੇ ਵਾਹਨ ਰੁੜਨ ਕਾਰਨ ਪਰਿਵਾਰ ਦੇ 9 ਜੀਆਂ ਦੀ ਮੌਤ ਤੋਂ ਵੱਡੀ ਦੁੱਖਦਾਈ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਮਨ ਬੱਕਰੀ ਦਾ ਮਨੁੱਖੀ ਜੇਰਾ ਵੇਖ ਕੇ ਲੋਕਾਂ ਦੇ ਉੱਡੇ ਹੋਸ਼ ਬੁਲਾਤ ਕਰਨ ਤੋਂ ਬਾਅਦ ਹੋਇਆ ਹਾਜ਼ਾ ਹਾਲ। ਇਸ ਵਿਚਾਲੇ ਪਾਕਿਸਤਾਨ ਤੋਂ ਹੈਰਾਨੀਜਨਕ ਮਾਮਲਾ ਆ ਰਿਹਾ ਜਿਸ ਨੇ ਹਰ ਇੱਕ ਦੇ ਹੋਸ਼ ਉਡਾ ਦਿੱਤੇ ਨੇ ਇੱਕ ਮਨੁੱਖੀ ਸ਼ਕਲ ਵਾਲੀ ਬੱਕਰੀ ਵਿਖਾਈ ਦਿੱਤੀ ਇੰਨਾ ਹੀ ਨਹੀਂ ਸੋਸ਼ਲ ਮੀਡੀਆ ਦੇ ਉੱਪਰ ਬੱਕਰੀ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਲੋਕ ਦੇਖ ਕੇ ਹੈਰਾਨ ਹਨ ਤਸਵੀਰ ਤੁਹਾਡੇ ਫੋਨ ਦੀ ਡਿਸਪਲੇ ਤੇ ਦਿਖਾਈ ਜਾ ਰਹੀ ਹੈ ਮਾਮਲੇ ਦੀ ਜਾਂਚ ਤੋਂ ਬਾਅਦ ਖੁੱਲਿਆ ਰਾਜ਼ ਅਗਲੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਅਗਨੀਵੀਰ ਭਰਤੀ ਦੇ ਨਿਯਮ ਬਦਲੇ ਹੁਣ ਹੋਵੇਗਾ ਇਹ ਨਵਾਂ ਟੈਸਟ 4 ਸਾਲਾਂ ਦੀ ਨੌਕਰੀ ਤੋਂ ਬਾਅਦ ਵੀ ਫੌਜ ਰੱਖੇਗੀ ਨਜ਼ਰ ਭਰਤੀ ਫੌਜ ਨੇ ਅਗਨੀ ਪਥ ਯੋਜਨਾ ਤਹਿਤ ਅਗਨੀਵੀਰ ਭਰਤੀ ਪ੍ਰਕਿਰਿਆ ਵਿੱਚ ਕੁ ਮਹੱਤਵਪੂਰਨ ਬਦਲਾਅ ਕੀਤਾ ਜੀ ਅਗਨੀਵੀਰ ਕਲਰਕ ਅਤੇ ਸਟੋਰ ਕੀਪਰ ਦੀਆਂ ਅਸਾਮੀਆਂ ਲਈ ਟਾਈਪਿੰਗ ਟੈਸਟ ਲਾਜ਼ਮੀ ਹੋਵੇਗਾ 24 25 ਦੇ ਭਰਤੀ ਸੈਸ਼ਨ ਤੋਂ ਲਾਗੂ ਹੋਵੇਗਾ ਫੌਜ ਨੇ ਇਸ ਬਦਲਾਅ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਦੇਸ਼ ਭਰ ਦੇ ਸਾਰੇ ਆਰਮੀ ਬੋਰਡਾਂ ਨੂੰ ਨਵੇਂ ਨਿਯਮਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਨੇ ਫੌਜ ਦੁਆਰਾ ਟਾਈਪਿੰਗ ਟੈਸਟ ਦੇ ਮਾਪ ਡੰਡਾ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪੰਜਾਬ ਦੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਜੀਜੇ ਨਟਵਰਦ ਸਿੰਘ ਦਾ ਦੇਹਾਂਤ ਯੂਪੀਏ ਸਰਕਾਰ ਵਿੱਚ ਵਧੇਸ਼ ਮੰਤਰੀ ਰਹੇ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੇ ਜੀਜਾ ਕੇ ਨੈਟਵਰਕ ਸਿੰਘ ਦਾ ਦੇਹੰਤ ਹੋ ਗਿਆ ਨਟਵਰ ਸਿੰਘ 93 ਸਾਲ ਦੇ ਸਨ ਤੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਸਨ ਤੇ ਇਲਾਜ ਲਈ ਗੁਰੂਗ੍ਰਾਮ ਦੇ ਇੱਕ ਹਸਪਤਾਲ ਦੇ ਵਿੱਚ ਚੱਲ ਰਿਹਾ ਸੀ ਪਰਿਵਾਰਕ ਮੈਂਬਰਾਂ ਅਨੁਸਾਰ ਨਟਵਰ ਸਿੰਘ ਨੂੰ ਕਰੀਬ 2 ਹਫ਼ਤੇ ਪਹਿਲਾਂ ਹਸਪਤਾਲ ਚੋਂ ਭਰਤੀ ਕਰਵਾਇਆ ਗਿਆ ਸੀ ਜਿੱਥੇ ਦੇਰ ਰਾਤ ਉਹਨਾਂ ਨੇ ਆਖਰੀ ਸਾਹ ਲਏ ਅਗਲੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਨਿਤਨ ਗੜਕਰੀ ਦੀ ਅਗਵਾਈ ਵਿੱਚ ਐਨ ਐਚ ਏ ਆਈ ਨੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾ ਜ਼ਬਰਦਸਤੀ ਐਕਵਾਇਰ ਕੀਤੀਆਂ ਰਣਬੀਰ ਸਿੰਘ ਅਰੇਵਾਲ ਦਾ ਵੱਡਾ ਬਿਆਨ ਹੈ ਭਾਰਤ ਮਾਲਾ ਪ੍ਰੋਜੈਕਟ ਰਾਹੀਂ ਦੇਸ਼ ਦੇ ਐਨ ਐਚ ਏ ਆਈ ਵੱਲੋਂ ਨਵੇਂ ਰੋਡਾਂ ਦਾ ਜਾਲ ਤਵਛਾਇਆ ਜਾ ਰਿਹਾ ਪਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨਵੇਂ ਰੂਡ ਬਣਾਏ ਜਾ ਰਹੇ ਨੇ ਲੰਬੇ ਸਮੇਂ ਤੋਂ ਪੀੜਤ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਸਮੇਂ ਦੀਆਂ ਸਰਕਾਰਾਂ ਤੇ ਕੂਟ ਦੇ ਵਿੱਚ ਲੜਾਈ ਲੜ ਰਹੇ ਕਿਸਾਨਾਂ ਆਗੂ ਰਣਵੀਰ ਸਿੰਘ ਅਰਵਾਲ ਨੇ ਕੇਂਦਰੀ ਮੰਤਰੀ ਨਿਤਨ ਗੜਕਰੀ ਦੇ ਵੱਲੋਂ ਪੰਜਾਬ ਦੇ ਵਿੱਚੋਂ NHAI ਦੇ ਪ੍ਰੋਜੈਕਟਾਂ ਨੂੰ ਬੰਦ ਕਰਨ ਦੀ ਧਮਕੀ ਪਰੇ ਬਿਆਨ ਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕੀ ਕੀਤੀ ਆ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਆਖਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਨੂੰ ਇਸ ਮਸਲੇ ਤੇ ਕਿਸਾਨਾਂ ਨੂੰ ਦੋਚੀ ਦੱਸਣਾ ਬੰਦ ਕਰੇ ਕਿਉਂਕਿ ਕਿਸਾਨਾਂ ਨੇ ਤਾਂ 2 ਸਾਲ ਪਹਿਲਾਂ ਤੋਂ ਹੀ ਆਪਣੀਆਂ ਜ਼ਮੀਨਾਂ ਐਨ ਐਚ ਏ ਆਈ ਨੂੰ ਕੌਡੀਆਂ ਦੇ ਪਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਫਿਰ ਵੀ ਪੰਜਾਬ ਸਰਕਾਰ ਨੇ ਐਨ ਐਚ ਏ ਆਈ ਨੇ ਜ਼ਬਰਦਸਤੀ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਨੇ ਤੇ ਪੁਲਿਸ ਦੇ ਬਲ ਨਾਲ ਜ਼ਬਰਦਸਤੀ ਕਬਜ਼ੇ ਵੀ ਲਏ ਹਨ ਬੰਗਲਾਦੇਸ਼ੀਆਂ ਨੂੰ ਰੋਕਣ ਲਈ 70 ਹਜ਼ਾਰ ਬੀਐਸਐਫ ਦਾ ਨੌਜਵਾਨ ਹੋਇਆ ਤਿਆਰ ਤੇ ਪੁੱਤਰ ਦੀ ਲਾਲਸਾ ਚੂ ਪਖੰਡੀ ਦੇ ਚੱਕਰਾਂ ਚ ਫਸੀ ਔਰਤ ਅੱਧੀ ਰਾਤ ਨੂੰ ਲੈ ਗਿਆ ਮੋਟਰ ਉਤੇ ਇਸ ਦਾ ਫਾਇਦਾ ਉਠਾਉਂਦੇ ਹੋਏ ਬਾਪੇ ਨੇ ਜ਼ਬਰਦਸਤੀ ਕੋਲ ਡਰਿੰਕ ਪਲਾਈ ਤੇ ਉਸ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਪੁਲਿਸ ਨੇ ਦੱਸਿਆ ਕਿ ਪੀੜਤ ਦੀ ਇੱਕ ਬੇਟੀ ਆ ਹੁਣ ਪੁੱਤਰ ਚਾਹੁੰਦੀ ਆ ਪਿੰਡ ਦੇ ਰਹਿਣ ਵਾਲੇ ਬਾਬੇ ਕੁਲਵੰਤ ਸਿੰਘ ਲੋਕਾਂ ਦੇ ਕੰਮ ਕਰਵਾਉਂਦੇ ਹਨ ਇਸ ਲਈ ਆਪਣੇ ਪਤੀ ਨਾਲ ਉਸ ਦੇ ਘਰ ਚਲੀ ਗਈ ਉਸ ਪਖੰਡੀ ਨੇ ਦੱਸਿਆ ਕਿ ਆਪਣੀਆਂ ਲੋਕਿਕ ਸ਼ਕਤੀਆਂ ਦੇ ਨਾਲ ਉਸ ਨੂੰ ਪੁੱਤਰ ਦੇਵੇਗਾ ਕੋਲ ਡਰਿੰਕ ਪਲਾ ਕੇ ਉਸ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਅਗਲੀ ਅਪਡੇਟ ਤੁਹਾਡੇ ਨਾਲ ਛੱਡ ਗਏ ਆ ਸਾਂਝੀ ਕਰ ਰਹੇ ਆ ਜੀ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ 'ਚੋਂ ਛੁੱਟੀ ਦਾ ਐਲਾਨ ਸੋ ਪੰਜਾਬ ਦੇ ਇੱਕ ਜ਼ਿਲ੍ਹੇ ਦੇ ਵਿੱਚ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਜੀ 12 ਅਗਸਤ ਨੂੰ ਹੜਾਂ ਦੇ ਮੱਦੇਨਜ਼ਰ ਜ਼ਿਲ੍ਹਾ ਰੂਪਨਗਰ ਦੇ ਕਈ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ